ਅਸਮਾਨ ਵੱਲ ਤੱਕ ਘਰ ਕੰਮ ਕਰਦੇ ਕਾਰੀਗਰ ਨੇ ਸਵਾਕਿਆ ਹੀ ਸਭ ਨੂੰ ਸਵਾਲ ਕਰ ਦਿੱਤਾ ਕਿ ਯਾਰ ਉਹ ਚੰਦ ਦੇਖ ਕਿੰਨਾ ਥੋੜਾ ਹੈ ਅੱਜ ਇਹਦਾ ਪਤਾ ਹੀ ਨਹੀਂ ਕੀ ਚੱਕਰ ਹੈ ਕਿਤੇ ਪੂਰਾ ਹੋ ਜਾਂਦਾ ਹੈ ਤੇ ਕਿਤੇ ਬਿਲਕੁਲ ਹੀ ਕਾਂਤਰ ਜਿਹੀ ਰਹਿ ਜਾਂਦਾ ਹੈ ਜਦ ਮੈਂ ਚੰਦ ਵੱਲ ਵੇਖਿਆ ਤਾਂ ਮੈਨੂੰ ਚੰਦ ਬਹੁਤ ਸੋਹਣਾ ਲੱਗਾ ਉਹ ਆਪਣੀਆਂ ਗੱਲਾਂ ਕਰੀ ਗਏ ਤੇ ਮੇਰੀ ਅੱਖ ਚੰਦ ਤੇ ਹੀ ਟਿਕੀ ਰਹੀ ਚੰਦ ਵੱਲ ਵੇਖਦੇ ਵੇਖਦੇ ਮੇਰੇ ਮਨ ਵਿੱਚ ਜੋ ਜ਼ਿੰਦਗੀ ਦੇ ਸਬਕ ਬਾਰੇ ਵਿਚਾਰ ਆਇਆ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਨੂੰ ਇੰਜ ਲੱਗਾ ਜਿਵੇਂ ਚੰਦ ਦਾ ਇਹ ਵਰਤਾਰਾ ਮੈਨੂੰ ਇਹ ਦੱਸ ਰਿਹਾ ਹੋਵੇ ਕਿ ਕਿਸੇ ਦਿਨ ਤੂੰ ਵੀ ਖੁਦ ਨੂੰ ਪੂਰਾ ਭਰਿਆ ਭਰਿਆ ਮਹਿਸੂਸ ਕਰੇਗਾ ਅਤੇ ਕਿਸੇ ਦਿਨ ਬਿਲਕੁਲ ਹੀ ਖਾਲੀ ਜਿਵੇਂ ਚੰਦ ਅੱਜ ਖੁਦ ਲੱਗ ਰਿਹਾ ਸੀ ਅਗਰ ਅੱਜ ਖਾਲੀ ਖਾਲੀ ਮਹਿਸੂਸ ਹੋ ਰਿਹਾ ਹੈ ਤਾਂ ਚੱਲਦਾ ਚੱਲ ਬਹੁਤ ਜਲਦ ਭਰਿਆ ਭਰਿਆ ਲੱਗੂ ਪਰ ਅਗਰ ਅੱਜ ਭਰਿਆ ਭਰਿਆ ਲੱਗ ਰਿਹਾ ਹੈ ਤੇ ਮਨ ਵਿੱਚ ਹੰਕਾਰ ਪੈਦਾ ਹੋ ਰਿਹਾ ਹੈ ਤਾਂ ਯਾਦ ਰੱਖੀ ਕੱਲ੍ਹ ਖਾਲੀ ਵੀ ਹੋਣਾ ਹੈ ਦੁਬਾਰਾ ਮੁੜ ਭਰਨ ਲਈ ਸੋ ਦੋਸਤੋ ਸਦਾ ਨਿਮਾਣੇ ਹੋ ਕੇ ਟਕਾ ਦੇ ਨਾਲ ਅੱਗੇ ਚੱਲਦੇ ਜਾਓ ਇਸੇ ਚੀਜ਼ ਦਾ ਨਾਮ ਹੈ ਜ਼ਿੰਦਗੀ ਤੁਸੀਂ ਸੁਣ ਰਹੇ ਸੀ ਆਪਣੇ ਦੋਸਤ ਜਗਮੀਤ ਸਿੰਘ ਹਠੂਰ ਨੂੰ ਯੂਟਿਊਬ ਚੈਨਲ ਕਲਮ ਪੰਜਾਬ ਦੀ ਤੋਂ ਅਗਰ ਤੁਸੀਂ ਇਸ ਤਰ੍ਹਾਂ ਦੇ ਚੰਗੇ ਵਿਚਾਰ ਅਤੇ ਮੋਟੀਵੇਸ਼ਨਲ ਕਹਾਣੀਆਂ ਸੁਣਨ ਦੇ ਸ਼ੌਕੀਨ ਹੋ ਤਾਂ ਆਪਣੇ ਚੈਨਲ ਕਲਮ ਪੰਜਾਬ ਦੀ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਅੱਗੇ ਬਣੀ ਹੋਈ ਘੰਟੀ ਦਬਾ ਦੇਵੋ ਦੋਸਤੋ ਬਹੁਤ ਜਲਦ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਅਲਵਿਦਾ ਸਤਿ ਸ਼੍ਰੀ ਅਕਾਲ।